ਫੇਰ ਉਹਨੇ ਹਜ਼ੂਰੀ ਬੀੜ ਦੀ ਵਾਰਤਾ ਚਲਾਈ 1927 ਵਿੱਚ ਉਹਨੇ ਇੱਕ ਗੁਰਮੁਖੀ ਕੋਰਸ ਸ਼ੁਰੂ ਕੀਤਾ ਸੀ ਤੇਜਾ ਸਿੰਘ ਪਸਾਉੜੀਏ ਨੇ ਪੰਜ ਭਾਗ ਸੀ ਉਹਦੇ ਪੰਜ ਭਾਗ ਗੁਰੂ ਸਾਹਿਬਾਨਾਂ ਦੀ ਬਾਣੀ ਵੱਖਰੀ ਭਗਤ ਬਾਣੀ ਵੱਖਰੀ ਪਟ ਬਾਣੀ ਵੱਖਰੀ ਸਿੱਖਾਂ ਦੀ ਬਾਣੀ ਵੱਖਰੀ ਔਰ ਉਹ ਵਕਤ ਦੇ ਜਿਹੜੇ ਵਿਦਵਾਨ ਸੀ ਸਾਡੇ ਕੌਮੀ ਵਿਦਵਾਨ ਭਾਈ ਜੋਧ ਸਿੰਘ ਜੀ ਗਿਆਨੀ ਅਮੀਰ ਸਿੰਘ ਜੀ ਜਿਨ੍ਹਾਂ ਦਾ ਟੀਕਾ ਮਿਲਦਾ ਗਲੀ ਸਤੋਵਾਲੀਆਂ ਦਾ ਗਿਆਨੀ ਬੁੱਧ ਸਿੰਘ ਜੀ ਪ੍ਰਿੰਸੀਪਲ ਗੰਗਾ ਸਿੰਘ ਜੀ ਗਿਆਨੀ ਨਾਰ ਸਿੰਘ ਜੀ ਗੁਜਰਵਾਲ ਇਹ ਉਹ ਵਕਤ ਦੇ ਕੌਮੀ ਵਿਦਵਾਨ ਸੀ ਇਹਨਾਂ ਨੇ ਨੂੰ ਬੜਾ ਸਮਝਾਇਆ ਵੀ ਜਿਹੜਾ ਤੂੰ ਇੱਕ ਬਹੁਤ ਵੱਡਾ ਗਲਤ ਕੰਮ ਕਰਨ ਲੱਗੇ ਐ ਇਹ ਤੋਂ ਬਾਅਦ ਆ ਜਾ ਇਹ ਬਾਅਦ ਨਹੀਂ ਆਇਆ ਪ੍ਰਿੰਸੀਪਲ ਗੰਗਾ ਸਿੰਘ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਉਹਨਾਂ ਦਾ ਦਸਹਿਰਾ ਸੀ ਉਹਨਾਂ ਦੇ ਦਸਹਿਰੇ ਤੇ ਹੋ ਕੇ ਬਕਾਇਦਾ ਇਹਦੇ ਨਗਰ ਗਿਆ ਇਹਨੂੰ ਮਿਲਣ ਵਾਸਤੇ ਤੇਜਾ ਸਿੰਘ ਪਸੌੜੀਏ ਨੂੰ ਜਿਨੇ ਭਗਤ ਬਾਣੀ ਦੇ ਉੱਪਰ ਉਂਗਲੀ ਖੜੀ ਕੀਤੀ ਸੀ ਜਿਹੜਾ ਕਹਿੰਦਾ ਸੀ ਕੱਢੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹਨ ਐਥੋਂ ਤੱਕ ਕਹਿ ਦਿੱਤਾ ਸੀ ਕਹਿੰਦਾ ਹੁਣ ਮੈਂ ਇੱਕ ਨਵਾਂ ਸਰੂਪ ਤਿਆਰ ਕਰੂੰਗਾ ਤੇਜਾ ਸਿੰਘ ਪਸੌੜੀਏ ਨੇ ਅਖੀਰ 9 8 ਅਗਸਤ 1928 8 ਅਗਸਤ 1928 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇਜਾ ਸਿੰਘ ਪਸਹਾੜੀਆ ਤੇ ਉਹਦੇ ਘਰ ਵਾਲੀ ਬੀਬੀ ਨਰੰજન ਕੌਰ ਉਹਨੂੰ ਸਿੱਖ ਪੰਥ ਵਿੱਚੋਂ ਖਾਰਜ ਕੀਤਾ ਗਿਆ ਸੀ। ਸ਼ੇਕ ਦਿੱਤਾ ਗਿਆ ਸੀ। ਔਰ ਹੁਕਮ ਹੋਇਆ ਸੀ ਜੋ ਵੀ ਇਹਨਾਂ ਦੀਆਂ ਲਿਖਤਾਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਈਆਂ ਜਾਣ। ਇੱਥੇ ਤੱਕ ਨਸੀਬ ਆਪੀ ਰੁਕਿਆ। ਜੇ ਉਹ ਇਲਾਕੇ ਦਾ ਤੁਹਾਡੇ ਵਿੱਚ ਕੋਈ ਬੈਠਾ ਹੋਵੇ ਮੇਰਾ ਇਲਾਕਾ ਉਹੀ ਹੈ। ਮਲੇਰ ਕੋਟਲੇ ਦੇ ਕੋਲ ਇੱਕ ਨਗਰ ਹੈ ਜੀ ਕੁਠਾਲਾ ਉਦਾਸੀਆਂ ਦਾ ਡੇਰਾ ਹੈ ਨਗਰ ਤੋਂ ਬਾਹਰ ਜਿਹੜਾ ਵੱਡਾ ਕੱਲੂ ਘਾਰਾ ਹੋਇਆ ਕੁੱਪਰ ਹੀੜੇ ਦੀ ਧਰਤੀ ਤੇ ਹੋਇਆ ਹੈ 1762 ਵਿੱਚ ਉਹ ਵਕਤ ਇਹ ਜਿਹੜਾ ਸਰੂਪ ਸੀ ਪ੍ਰਾਤਨ ਸਰੂਪ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਕਠਾਲੇ ਨਗਰ ਦੇ ਵਿੱਚ ਸੀ ਉੱਥੇ ਆਇਆ ਸੀ ਤਾਂ ਮਲੇਰ ਕੋਟਲੀਆ ਰਿਆਸਤ ਤੋਂ ਪਟਿਆਲਾ ਰਿਆਸਤ ਦੇ ਰਾਜੇ ਨੇ ਮੰਗਿਆ ਸੀ ਸਰੂਪ ਪਰ ਉਹ ਸਰੂਪ ਦਿੱਤਾ ਨਹੀਂ ਸੀ ਉਹ ਪ੍ਰਾਤਨ ਸਰੂਪ ਹੈ ਗੁਰੂਗ੍ਰੰਥ ਸਾਹਿਬ ਜੀ ਦਾ ਤੇਜਾ ਸਿੰਘ ਪਸੌੜੀਆ ਚਲਾ ਗਿਆ ਉੱਥੇ ਜਾ ਕੇ ਕਹਿੰਦਾ ਵੀ ਮੈਂ ਇਹ ਸਰੂਪ ਦੇ ਦਰਸ਼ਨ ਕਰਨੇ ਆ ਹੁਣ ਉਹ ਭੋਲੇ ਭਾਲੇ ਲੋਕ ਉਹਨਾਂ ਨੂੰ ਕੀ ਪਤਾ ਸੀ ਇਹਦੀ ਚਲਾਕੀ ਦਾ ਆਪਣੀ ਜੇਬ ਦੇ ਵਿੱਚ ਇੱਕ ਬਲੇਡ ਪਾ ਕੇ ਲੈ ਗਿਆ ਤੇਜਾ ਸਿੰਘ ਪਸੌੜੀਆ ਕੀਤਾ ਕੀ ਉਹ ਪਾਵਨ ਸਰੂਪ ਦੇ ਜਿਹੜੇ ਰਾਗਮਾਲਾ ਵਾਲੇ ਅੰਗ ਸੀ ਨਾ ਪਿਛਲੇ ਬਲੇਡ ਨਾਲ ਉਹ ਕੱਟ ਲੇ ਬਾਹਰ ਆ ਕੇ ਰੌੜਾ ਪਾਤਾ ਕਹਿੰਦਾ ਜਿਹੜਾ 쿠ਠਾਲੇ ਨਗਰ ਦੇ ਸਰੂਪ ਪਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੇ ਵਿੱਚ ਰਾਗਮਾਲਾ ਨਹੀਂ ਹੈ ਪਰ ਚੋਰ ਜਦੋਂ ਵੀ ਚੋਰੀ ਕਰਦਾ ਨਾ ਪੈੜ ਜੜੂ ਛੱਡ ਕੇ ਜਾਂਦਾ ਜਿਹੜਾ ਇੰਡੈਕਸ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਉਹਦੇ ਵਿੱਚ ਰਾਗਮਾਲਾ ਲਿਖੀ ਹੋਈ ਹੈ ਪਿੱਛੋਂ ਬਲੇਨ ਨਾਲ ਕੱਟ ਕੇ ਲੈ ਗਿਆ ਸੀ ਔਰ ਉਸ ਰੂਪ ਤੇ ਕਿਤਾਬਾਂ ਲਿਖੀਆਂ ਗਈਆਂ ਨੇ 쿠ਠਾਲੇ ਵਾਲੇ ਸਰੂਪ ਤੇ ਮੇਰੇ ਕਹਿਣ ਦਾ ਭਾਵ ਇੱਥੋਂ ਤੱਕ ਗਿਰ ਗਿਆ ਸੀ ਇਹ ਬੰਦਾ ਕਿ ਆਪਣੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਵਾਸਤੇ ਇਹਨੇ ਬਲੇਡ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਵੀ ਕੱਟ ਲਈ ਸੀ। ਔਰ ਜਦੋਂ ਇਹ ਬੰਦਾ ਮਰਿਆ ਸੀ ਕੀੜੇ ਪੈ ਕੇ ਮਰਿਆ ਸੀ। ਤੇਜਾ ਸਿੰਘ ਪਸੌੜੀਆ ਯਾਦ ਕਰਿਆ ਕਰੋ ਅੱਜ ਭਗਤਾਂ ਦੇ ਆਪਾਂ ਦਿਨ ਮਨਾ ਰਹੇ ਆਂ। ਜਿਹੜੇ ਲੋਕਾਂ ਨੇ ਭਗਤਾਂ ਦੀ ਬਾਣੀ ਤੇ ਉਂਗਲਾਂ ਉਠਾਈਆਂ ਇਹ ਗੱਲ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬਹਾਰਾ ਦੀ ਬਾਣੀ ਵਿੱਚੋਂ ਬਾਣੀ ਵੱਖ ਕਰਦੇ ਹੋ। ਕਿਉਂਕਿ ਇਹ ਨੀਵੀਂ ਜਾਤਾਂ ਦੇ ਭਗਤ ਨੇ ਉਹਨਾਂ ਦਾ ਹਾਸ਼ਰ ਸਾਡੇ ਸਾਹਮਣੇ ਕੀ ਹੋਇਆ ਇਹ ਵਡਿਆਈ ਗੁਰੂ ਨਾਨਕ ਮਹਾਰਾਜ ਨੇ ਭਗਤ ਜਣਾਂ ਨੂੰ ਦਿੱਤੀ ਜਿੱਥੇ ਗੁਰੂ ਸਹਿਬਾਨਾਂ ਦੀ ਬਾਣੀ ਉੱਥੇ ਭਗਤ ਸਹਿਬਾਨਾਂ ਦੀ ਬਾਣੀ ਅੱਜ ਜਦੋਂ ਵੀ ਸ੍ਰੀ ਮੁਖਵਾਕ ਭਗਤ ਰਵਦਾਸ ਸਾਹਿਬ ਦੀ ਬਾਣੀ ਦਾਜ ਹੈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾਜ ਹੈ ਭਗਤ ਨਾਮਦੇਵ ਜੀ ਦੀ ਬਾਣੀ ਦਾਜ ਹੈ ਤਸ ਸੇਕ ਸਿਜਦਾ ਕਰ ਦਿੰਦਾ ਹੈ ਇਹ ਕਹਿੰਦਾ ਮੇਰੇ ਗੁਰੂ ਦਾ ਅੱਜ ਆ ਹੁਕਮ ਹੈ ਇਹ ਨਹੀਂ ਕਹਿੰਦਾ ਵੀ ਭਗਤ ਜੀ ਦਾ ਆ ਹੁਕਮ ਹੈ ਨਹੀਂ 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 ਇਹ ਕਹਿੰਦਾ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੇਰੇ ਵਾਸਤੇ ਅੱਜ ਆ ਹੁਕਮ ਹੈ ਕਿਉਂਕਿ ਉਹਨਾਂ ਦੀ ਬਾਣੀ ਨੂੰ ਗੁਰੂ ਦਾ ਦਰਜ ਹੈ ਅੱਜ ਜਿੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਤੇ ਚੌਰ ਝੁੱਲ ਰਿਹਾ ਹੈ ਉਥੇ ਭਗਤ ਰਵਦਾਸ ਸਾਹਿਬ ਦੀ ਬਾਣੀ ਤੇ ਵੀ ਚੌਰ ਝੁੱਲ ਰਿਹਾ ਹੈ ਉਹਨਾਂ ਨੂੰ ਵੀ ਤਖਤ ਮਿਲਿਆ ਹੈ ਉਹਨਾਂ ਵਿੱਚੰ ਦੂਆ ਮਿਲੇ ਹੈ ਗੁਰੂ ਕਿਰਪਾ ਕਰੇ ਜੋ ਉਹਨਾਂ ਨੇ ਪੂਰਨੇ ਪਾਏ ਕਰਮ ਕੰਡਾਂ ਤੇ ਸੱਟ ਮਾਰੀ ਜਾਤਾਂ ਪਾਤਾਂ ਵਿੱਚੋਂ ਸਾਨੂੰ ਕੱਢਿਆ ਆਸੀਂ ਵੀ ਉਹ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਦੇ ਪਾਤਰ ਬਣਾ ਸਕੀਏ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਬੋਲਦਿਆਂ ਹੋਈਆਂ अनेका ਭੁੱਲਾਂ ਆਪ ਜੀ ਨੇ ਮਵਾਫ ਕਰਨੀਆਂ ਆਓ ਹੁਣ ਅਤੀ ਸਤਿਕਾਰਯੋਗ ਸ੍ਰੀ ਸਜੀਵ ਜਿੰਦਲ ਜੀ ਕੁਝ ਕੋ ਸਮੇਂ ਵਾਸਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਉਪਰੰਤ ਅਨੰਤ ਸਬਛੇ ਪਾਉੜੀਆਂ ਜਾਪ ਫਿਰ ਅਰਦਾਸ ਬੇਨਤੀ ਹੋਵੇਗੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ